ओम शांति। आज बाबा दे 22/12/2020 दे महावचन बाबा ने आज अपने बच्चियां नु कहा, मिठे बच्चे तुसी हुण बाप द्वारा तुहानू हुण बाप द्वारा दिव्य दृष्टि मिली है। उस दिव्य दृष्टि तो ही तुसी आत्मा अते परमात्मा नू देख सकते हो। फिर बाबा ने प्रश्न पूछया, ड्रामा दा केड़े राज नू समझन वाले केड़ी राय किसे नू भी नहीं देंगे? उत्तर विच बाबा ने कहा, जो समझते हैं कि ड्रामा विच जो कुछ पास्ट हो गया, माना कि जो बीत गया, ओ फिर तो हूबहू रिपीट होवेगा, ओ कदे किसे नू भगती छड़न दी राय नहीं देंगे। जदों उन्हां दी बुद्धि विच ज्ञान चंगी तरह बैठ जावेगा, समझणगे कि असीं आत्मा हाँ, सानू बेहद दे बाप तो वरसा मिल रहा है, लेना है। जदों बेहद दे बाप दी पछाण हो जावेगी तां हद दियां गल्लां अपने आप ही खत्म हो जाएगी। ओम शांति। अपनी आत्मा दे स्वैधर्म विच बैठे हो। बाबा ने शुरू विच ही पूछया बच्चियां नूं कि अपने आत्मा दे स्वैधर्म विच बैठे हो। रूहानी बाप रूहानी बच्चियां नूं पूछदे हन, क्योंकि इह तां बच्चे जाणदे हन कि एक ही बेहद दा बाप है, जिसनों रूह कहा जाता है, सिर्फ उसनों सुप्रीम कहा जाता है। सुप्रीम माना परम उच्चा, सुप्रीम रूह या परमात्मा कहते हैं। परमात्मा है जरूर, ऐदा नहीं कहांगे कि परमात्मा है ही नहीं। परम आत्मा माना परमात्मा, ये भी समझाया गया है। बाबा कहंदे उलझना नहीं है, क्योंकि 5000 साल पहला भी ये ज्ञान तुसी सुनिया सी, आत्मा ही सुनदी है ना। आत्मा बहुत छोटी सूक्ष्म है, इतना है जो इन्नी अखा नाल भी देख नहीं सकदी, इन्नी सूक्ष्म है जिसनों अखा नाल नहीं देख सकदी। इदा दा कोई भी मनुख नहीं होवेगा जिसने आत्मा नूं इन्हां अखां दे नाल देखिया होवेगा। देखण विच आउंदी है परंतु दिव्य दृष्टि नाल, सो भी ड्रामा प्लैन अनुसार। अच्छा, समझो किसे नूं आत्मा दा साक्षात्कार हो जांदा है, जिवें होर कोई चीज़ देखण विच आउंदी है ना, भगती मार्ग विच भी कुछ साक्षात्कार हुंदा है तां इन्हां अखां दे नाल ही हुंदा है। ਉਹ ਦਿਵਯ ਦ੍ਰਿਸ਼ਟੀ ਮਿਲਦੀ ਹੈ ਜਿਸ ਨਾਲ ਚੇਤਨ ਵਿੱਚ ਦੇਖਦੇ ਹੋ। ਇੱਦਾਂ ਲੱਗਦਾ ਹੈ ਜੋ ਸਾਹਮਣੇ ਹੈ, ਕਿਸੇ ਚੀਜ਼ ਨੂੰ ਅਸੀਂ ਸਾਹਮਣੇ ਦੇਖ ਰਹੇ ਹਾਂ। ਆਤਮਾ ਨੂੰ ਗਿਆਨ ਚਕਸ਼ੂ ਮਿਲਦੇ ਹਨ, ਚਕਸ਼ੂ ਮਾਨਾ ਨੇਤਰ, ਜਿਸ ਨਾਲ ਦੇਖ ਸਕਦੇ ਹੋ। ਪਰੰਤੂ ਧਿਆਨ ਵਿੱਚ ਭਗਤੀ ਮਾਰਗ ਵਿੱਚ ਬਹੁਤ ਭਗਤੀ ਕਰਦੇ ਹਨ ਤਾਂ ਸਾਕਸ਼ਾਤਕਾਰ ਹੋ ਜਾਂਦਾ ਹੈ। ਜਿਵੇਂ ਬਾਬਾ ਨੇ ਦੱਸਿਆ, ਜਿਵੇਂ ਮੀਰਾ ਨੂੰ ਸਾਕਸ਼ਾਤਕਾਰ ਹੋਇਆ, ਡਾਂਸ ਕਰਦੀ ਸੀ, ਵੈਕੁੰਠ ਤਾਂ ਹੈ ਨਹੀਂ ਸੀ, 500-600 ਸਾਲ ਹੋਏ ਹੋਣਗੇ ਉਸ ਸਮੇਂ, ਵੈਕੁੰਠ ਥੋੜ੍ਹੀ ਸੀ, ਸਤਯੁਗ ਥੋੜ੍ਹੀ ਆਇਆ ਸੀ। ਜੋ ਬੀਤ ਗਿਆ ਉਹ ਦਿਵਯ ਦ੍ਰਿਸ਼ਟੀ ਨਾਲ ਦੇਖਿਆ। ਜਦੋਂ ਬਹੁਤ ਭਗਤੀ ਕਰਦੇ ਕਰਦੇ ਇੱਕਦਮ ਭਗਤੀਮੈ ਹੋ ਜਾਂਦੇ ਹਨ ਤਾਂ ਦੀਦਾਰ ਹੋ ਜਾਂਦਾ ਹੈ। ਉਸਨੂੰ ਮੁਕਤੀ ਤਾਂ ਨਹੀਂ ਮਿਲਦੀ ਨਾ, ਮੁਕਤੀ ਜੀਵਨ ਮੁਕਤੀ ਦਾ ਰਸਤਾ ਭਗਤੀ ਤੋਂ ਵੀ ਬਿਲਕੁਲ ਨਿਆਰਾ ਹੈ। ਭਗਤੀ ਵਿੱਚ ਕਿੰਨੇ ਮੰਦਿਰ ਹਨ, ਸ਼ਿਵ ਦਾ ਲਿੰਗ ਰੱਖਦੇ ਹਨ, ਬੜਾ ਲਿੰਗ ਵੀ ਰੱਖਦੇ, ਛੋਟਾ ਵੀ ਰੱਖਦੇ। ਹੁਣ ਇਹ ਬੱਚੇ ਜਾਣਦੇ ਹਨ ਜਿਵੇਂ ਆਤਮਾ ਹੈ ਉਸੇ ਤਰ੍ਹਾਂ ਪਰਮ ਪਿਤਾ ਪਰਮਾਤਮਾ ਹੈ। ਸਾਇਜ ਸਬਦਾ ਇੱਕ ਹੀ ਹੈ, ਜਿਵੇਂ ਆਤਮਾ ਉਸੇ ਤਰ੍ਹਾਂ ਬਾਪ ਸਾਇਜ ਇੱਕੋ ਜਿਹਾ ਹੈ। ਬਾਬਾ ਕਹਿੰਦੇ ਕਿ ਆਤਮਾ ਸਾਰੀਆਂ ਪਾਈ ਪਾਈ ਹਨ, ਆਤਮਾਵਾਂ ਇਸ ਸਰੀਰ ਵਿੱਚ ਆਉਂਦੀਆਂ ਹਨ ਪਾਰਟ ਵਜਾਉਣ ਲਈ, ਤਾਂ ਇਹ ਸਮਝਣ ਦੀਆਂ ਗੱਲਾਂ ਹਨ।
ਇਹ ਕੋਈ ਭਗਤੀ ਮਾਰਗ ਦੀਆਂ ਦੰਤ ਕਥਾਵਾਂ ਨਹੀਂ ਹਨ ਵੀ ਜੋ ਸੁਣਿਆ ਕੰਨਰਸ ਲੈਤਾ ਅੱਛਾ ਅੱਛਾ ਕਿਹਾ ਬਾਬਾ ਕਹਿੰਦੇ ਇਹ ਗਿਆਨ ਦੀਆਂ ਗੱਲਾਂ ਹਨ ਸਿਰਫ ਇੱਕ ਹੀ ਬਾਪ ਸਮਝਾਉਂਦੇ ਹਨ ਪਹਿਲਾਂ ਪਹਿਲਾਂ ਸਮਝਾਉਣ ਵਾਲਾ ਬੇਹੱਦ ਦਾ ਬਾਪ ਨਿਰਾਕਾਰ ਹੀ ਹੈ ਉਸ ਦੇ ਲਈ ਪੂਰੀ ਤਰ੍ਹਾਂ ਕੋਈ ਵੀ ਸਮਝ ਨਹੀਂ ਸਕਦੀ ਕਹਿੰਦੇ ਹਨ ਉਹ ਸਰਵਵਿਆਪੀ ਹੈ ਇਹ ਤਾਂ ਕੋਈ ਬਾਬਾ ਕਹਿੰਦੇ ਸੱਚ ਨਹੀਂ ਹੈ ਨਾ ਬਾਪ ਨੂੰ ਪੁਕਾਰਦੇ ਹਨ ਬਹੁਤ ਪਿਆਰ ਨਾਲ ਬੁਲਾਉਂਦੇ ਹਨ ਕੀ ਕਹਿੰਦੇ ਹਨ ਕਹਿੰਦੇ ਹਨ ਬਾਬਾ ਜਦੋਂ ਤੁਸੀਂ ਆਓਗੇ ਤਾਂ ਅਸੀਂ ਤੁਹਾਡੇ 'ਤੇ ਵਾਰੀ ਜਾਵਾਂਗੇ ਮੇਰਾ ਤਾਂ ਬਸ ਇੱਕ ਦੂਸਰਾ ਨਾ ਕੋਈ ਬਾਬਾ ਕਹਿੰਦੇ ਤਾਂ ਜ਼ਰੂਰ ਉਸਨੂੰ ਯਾਦ ਕਰਨਾ ਹੈ ਨਾ ਲਕਸ਼ ਤਾਂ ਬੁੱਧੀ ਵਿੱਚ ਹੈ ਹੀ ਜਿਵੇਂ ਬੈਰਿਸਟਰ ਜਾਂ ਡਾਕਟਰ ਬਣਾਂਗੇ ਤਾਂ ਪੜ੍ਹਾਂਗੇ ਨਾ ਬਾਬਾ ਕਹਿੰਦੇ ਜਿਵੇਂ ਲਕਸ਼ ਹੁੰਦਾ ਹੈ ਤਾਂ ਪੜ੍ਹਦੇ ਹਾਂ ਨਾ ਤਾਂ ਹੀ ਬਣਦੇ ਹਾਂ ਨਿਸ਼ਚੇ ਨਹੀਂ ਹੋਵੇਗਾ ਤਾਂ ਆਉਣਗੇ ਹੀ ਨਹੀਂ ਤੁਹਾਨੂੰ ਨਿਸ਼ਚੇ ਹੈ ਕਿ ਅਸੀਂ ਮਨੁੱਖ ਤੋਂ ਦੇਵਤਾ ਨਰ ਤੋਂ ਨਾਰਣ ਬਣਦੇ ਹਾਂ ਤਾਂ ਇਹ ਸੱਚੀ ਸੱਚੀ ਸਤ ਨਾਰਣ ਦੀ ਸੱਚੀ ਸੱਚੀ ਕਥਾ ਹੈ ਅਸਲ ਵਿੱਚ ਇਹ ਹੈ ਪੜ੍ਹਾਈ ਪਰੰਤੂ ਇਸ ਨੂੰ ਕਥਾ ਕਿਉਂ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਹੈ ਕਥਾ ਕਿਉਂਕਿ 5000 ਸਾਲ ਪਹਿਲਾਂ ਵੀ ਸੁਣੀ ਸੀ ਪਾਸਟ ਹੋ ਗਈ ਨਾ ਪਾਸਟ ਨੂੰ ਕਥਾ ਕਿਹਾ ਜਾਂਦਾ ਹੈ ਜੋ ਬੀਤ ਗਿਆ ਉਸਨੂੰ ਇੱਕ ਕਹਾਣੀ ਜਾਂ ਕਥਾ ਕਿਹਾ ਜਾਂਦਾ ਹੈ ਇਹ ਨਰ ਤੋਂ ਨਾਰਣ ਬਣਨ ਦੀ ਸਿੱਖਿਆ ਬੱਚੇ ਦਿਲ ਤੋਂ ਸਮਝਦੇ ਹਨ ਕਿ ਨਵੀਂ ਦੁਨੀਆਂ ਵਿੱਚ ਦੇਵਤੇ ਪੁਰਾਣੀ ਦੁਨੀਆਂ ਵਿੱਚ ਮਨੁੱਖ ਰਹਿੰਦੇ ਹਨ ਦੇਵਤਿਆਂ ਵਿੱਚ ਜੋ ਗੁਣ ਹਨ ਉਹ ਮਨੁੱਖ ਵਿੱਚ ਨਹੀਂ ਹਨ ਇਸ ਲਈ ਉਹਨਾਂ ਨੂੰ ਦੇਵਤਾ ਕਿਹਾ ਜਾਂਦਾ ਹੈ ਮਨੁੱਖ ਦੇਵਤਿਆਂ ਦੇ ਅੱਗੇ ਨਮਨ ਕਰਦੇ ਹਨ ਤੁਸੀਂ ਸਰਵ ਗੁਣ ਸੰਪੰਨ ਹੋ 16 ਕਲਾ ਸੰਪੂਰਨ ਹੋ ਫਿਰ ਆਪਣਾ ਕੀ ਗਾਇਨ ਕਰਦੇ ਮਨੁੱਖ ਕਿ ਮੈਂ ਤਾਂ ਨੀਚ ਹਾਂ ਪਾਪੀ ਹਾਂ ਮਨੁੱਖ ਕਹਿੰਦੇ ਹਨ ਦੇਵਤਿਆਂ ਨੂੰ ਤਾਂ ਨਹੀਂ ਕਹਾਂਗੇ ਨਾ ਬਾਬਾ ਕਹਿੰਦੇ ਦੇਖੋ ਆਪਣੀ ਨੀਚਤਾ ਦਾ ਕਿੰਨਾ ਵਰਣਨ ਕਰਦੇ ਹਨ ਮਨੁੱਖ ਪਰੰਤੂ ਵਰਣਨ ਕਰਨ ਨਾਲ ਕਮਜ਼ੋਰੀਆਂ ਦਾ ਕੋਈ ਬਣ ਤਾਂ ਨਹੀਂ ਜਾਵੇਗਾ ਨਾ ਦੇਵਤਾ ਤਾਂ ਵੈਦਾਂ ਪੁਰਸ਼ਾਰਥ ਕਰਨਾ ਪਵੇਗਾ ਤੁਸੀਂ ਜਾਣਦੇ ਹੋ ਕਿ ਡਰਾਮਾ ਵਿੱਚ ਜੋ ਕੁਛ ਬੀਤ ਗਿਆ ਉਹ ਫਿਰ ਤੋਂ ਹੂਬਹੂ ਰਿਪੀਟ ਹੋਵੇਗਾ ਉਦਾਂ ਹੀ ਰਿਪੀਟ ਹੋਵੇਗਾ ਇਸ ਲਈ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਰਾਏ ਨਹੀਂ ਦੇਣੀ ਚਾਹੀਦੀ ਕਿ ਭਗਤੀ ਛੱਡੋ ਕਿਉਂਕਿ ਜ਼ਬਰਦਸਤੀ ਨਹੀਂ ਕਰਨਾ ਚਾਹੀਦਾ ਜਦੋਂ ਗਿਆਨ ਬੁੱਧੀ ਵਿੱਚ ਆ ਜਾਵੇਗਾ ਤਾਂ ਸਮਝਣਗੇ ਅਸੀਂ ਆਤਮਾ ਹਾਂ ਅਸੀਂ ਹੁਣ ਬੇਹੱਦ ਦੇ ਬਾਪ ਤੋਂ ਵਰਸਾ ਲੈਣਾ ਹੈ ਫਿਰ ਬਾਬਾ ਕਹਿੰਦੇ ਬੇਹੱਦ ਦੇ ਬਾਪ ਦੀ ਜਦੋਂ ਪਛਾਣ ਹੋਵੇਗੀ ਤਾਂ ਹੱਦ ਦੀਆਂ ਸਾਰੀਆਂ ਗੱਲਾਂ ਹੀ ਖਤਮ ਹੋ ਜਾਣਗੀਆਂ ਬਾਪ ਕਹਿੰਦੇ ਹਨ ਗ੍ਰਸਤ ਵਿਵਹਾਰ ਵਿੱਚ ਰਹਿੰਦੇ ਸਿਰਫ ਬੁੱਧੀ ਦਾ ਯੋਗ ਬਾਪ ਨਾਲ ਲਗਾਉਣਾ ਹੈ ਸਰੀਰ ਨਿਰਵਾਹ ਅਰਥ ਕਰਮ ਵੀ ਕਰਨਾ ਹੈ ਜਿਵੇਂ ਭਗਤੀ ਬਾਬਾ ਕਹਿੰਦੇ ਜਿਵੇਂ ਜਿਵੇਂ ਭਗਤੀ ਵਿੱਚ ਕੋਈ ਕੋਈ ਬਹੁਤ ਨੌਧਾ ਭਗਤੀ ਕਰਦੇ ਹਨ ਨਾ ਨਿਜ਼ਮ ਅਨੁਸਾਰ ਰੋਜ਼ ਜਾ ਕੇ ਦਰਸ਼ਨ ਕਰਦੇ ਹਨ ਦੇਹਧਾਰੀਆਂ ਦੇ ਕੋਲ ਜਾਣਾ ਉਹ ਹੈ ਜਿਸਮਾਨੀ ਯਾਤਰਾ ਭਗਤੀ ਮਾਰਗ ਵਿੱਚ ਤਾਂ ਕਿੰਨੇ ਧੱਕੇ ਖਾਂਦੇ ਹਨ ਮਨਾ ਕਿੰਨੇ ਧੱਕੇ ਖਾਣੇ ਪੈਂਦੇ ਹਨ ਕਿਉਂਕਿ ਕਿੰਨਾ ਲਾਈਨਾਂ ਲੱਗਦੀਆਂ ਭੀੜ ਹੁੰਦੀ ਮੇਲੇ ਮਲਾਖੜੇ ਹੁੰਦੇ ਬਾਬਾ ਕਹਿੰਦੇ ਇੱਥੇ ਤਾਂ ਕੁਝ ਵੀ ਧੱਕਾ ਨਹੀਂ ਖਾਣਾ ਹੈ ਆਉਂਦੇ ਹਨ ਸਮਝਾਉਣ ਲਈ ਤਾਂ ਬਿਠਾਇਆ ਜਾਂਦਾ ਹੈ ਬਾਕੀ ਯਾਦ ਦੇ ਲਈ ਕੋਈ ਇੱਕ ਜਗ੍ਹਾ ਨਹੀਂ ਬੈਠ ਜਾਣਾ ਭਗਤੀ ਮਾਰਗ ਵਿੱਚ ਕੋਈ ਕ੍ਰਿਸ਼ਨ ਦਾ ਭਗਤ ਹੁੰਦਾ ਹੈ ਤਾਂ ਇੱਦਾਂ ਨਹੀਂ ਕਿ ਚੱਲਦੇ ਫਿਰਦੇ ਕ੍ਰਿਸ਼ਨ ਨੂੰ ਯਾਦ ਨਹੀਂ ਕਰ ਸਕਦੇ ਇਸ ਲਈ ਜੋ ਪੜ੍ਹੇ ਲਿਖੇ ਮਨੁੱਖ ਹੁੰਦੇ ਹਨ ਕਹਿੰਦੇ ਹਨ ਕ੍ਰਿਸ਼ਨ ਦਾ ਚਿੱਤਰ ਘਰ ਵਿੱਚ ਰੱਖਿਆ ਹੈ ਫਿਰ ਤੁਸੀਂ ਮੰਦਿਰ ਵਿੱਚ ਕਿਉਂ ਜਾਂਦੇ ਹੋ ਕ੍ਰਿਸ਼ਨ ਦੇ ਚਿੱਤਰਾਂ ਦੀ ਪੂਜਾ ਤੁਸੀਂ ਕਿਤੇ ਵੀ ਕਰੋ ਅੱਛਾ ਚਿੱਤਰ ਨਾ ਵੀ ਰੱਖੋ ਤਾਂ ਵੀ ਯਾਦ ਕਰਦੇ ਰਹੋ ਇੱਕ ਵਾਰ ਚੀਜ਼ ਦੇਖ ਲਈ ਫਿਰ ਉਹ ਯਾਦ ਰਹਿੰਦੀ ਹੈ ਨਾ ਤਾਂ ਤੁਹਾਨੂੰ ਵੀ ਇਹੀ ਬਾਪ ਕਹਿੰਦੇ ਹਨ ਕਿ ਸ਼ਿਵ ਬਾਬਾ ਨੂੰ ਤੁਸੀਂ ਘਰ ਬੈਠੇ ਵੀ ਯਾਦ ਨਹੀਂ ਕਰ ਸਕਦੇ ਹੋ ਕਿਉਂਕਿ ਇਹ ਤਾਂ ਬੁੱਧੀ ਦੀ ਯਾਤਰਾ ਹੈ ਨਾ ਕਿਤੇ ਵੀ ਬੈਠੇ ਯਾਦ ਕਰ ਸਕਦੇ ਹੋ ਇਹ ਹੈ ਨਵੀਂ ਗੱਲ ਸ਼ਿਵ ਬਾਬਾ ਨੂੰ ਕੋਈ ਜਾਣਦੇ ਨਹੀਂ ਨਾਮ ਰੂਪ ਦੇਸ਼ ਕਾਲ ਨੂੰ ਹੀ ਨਹੀਂ ਜਾਣਦੇ ਇਸ ਲਈ ਸਰਵਵਿਆਪੀ ਕਹਿ ਦਿੰਦੇ ਹਨ ਆਤਮਾ ਨੂੰ ਪਰਮਾਤਮਾ ਨੂੰ
बाबा कहंदे आत्मा नू परमात्मा तां नहीं कहांगे ना, आत्मा नू बाप दी याद आउंदी है, परंतु बाप नू जानदे नहीं तां समझाउणा पैंदा है 7 दिन दे लई। फिर रेजगारी पॉइंट्स भी समझाइयां जांदियां हन, होर गल्लां भी समझाइयां जांदियां ज्ञान दियां। बाप ज्ञान दा सागर है ना, तुहाडे कोल भी अगे एक ज्ञान रचिता ते रचना दे आदि मध्य अंत दी नहीं सी। पहला तुसी भी नास्तिक सी, बाबा कहंदे कुछ नहीं जानदे सी। नास्तिक बनन नाल किन्ना दुखी हो जांदे हन, हुण तुसी इत्थे आए हो देवता बनन दे लई, ता किन्ने सुख सतयुग विच होणगे। दैवी गुण भी जरूर इत्थे धारण करने हन ना, प्रजापिता ब्रह्मा दी औलाद आपस विच तुसी भाई भैन ठहरे, ता क्रिमिनल दृष्टि नहीं जानी चाहिदी, मना विकारी दृष्टि नहीं होनी चाहिदी। इस विच ही मेहनत है। अखां बड़ियां क्रिमिनल हन, मना गंदी दृष्टि अखां नूं बाबा कहंदे बहुत क्रिमिनल हन, सारे अंगां विच क्रिमिनल हन अखां, विकारी अद्धा कलप क्रिमिनल अद्धा कलप सिविल रहिंदियां हन। सतयुग विच क्रिमिनल नहीं होंदियां, अखां क्रिमिनल हन तां असुर कहंदे हन। बाप कहंदे हन मैं पतित दुनिया विच आउंदा हां, उस तुहानूं पावन बनना है। मनुखता कहंदे अपने नूं भगवान कहंदे हन, बाबा कहंदे नहीं, कोई ब्रह्मा बाबा ने अपने नूं भगवान नहीं कहाया। झाड़ विच देखो एकदम तमो प्रधान दुनिया दे अंत विच खड़ा है, ओ भी तपस्या कर रहे हन। ता बाबा कह रहे तुसी भी बच्चियां ने तपस्या करनी है। अच्छा, फिर बाबा ने याद प्या देता, मिठे मिठे सिक्के लधे बच्चियां प्रति मात पिता बाप दादा दा याद प्यार अते गुड मॉर्निंग, रूहानी बाप दी रूहानी बच्चियां नू नमस्ते। धारणा ले मुख सार है, पहला है अखां नू सिवल बनाउण दी मेहनत करनी है, शुद्ध बनाउणी है, पवित्र बनाउणा है। बुद्धि विच रहे कि असी प्रजापिता ब्रह्मा दे बच्चे भाई भैण हां, दृष्टि विकारी नहीं रख सकदी। दूसरा, शरीर निर्वाह अर्थ कर्म कर दे बुद्धि दा योग एक बाप नाल लगाउणा है। हद दियां सारियां गल्लां छड, बेहद दे बाप नूं याद करना है, बेहद दा सन्यासी बनना है। वरदान है सदा अति इंद्रिय सुख दे झूले विच झूलण वाले, संगम युग दियां सर्व अलौकिक प्राप्तियां तो संपन्न भव। विस्तार नाल बाबा ने दस्या, जो बच्चे अलौकिक प्राप्तियां नाल सदा संपन्न हन, ओ अति इंद्रिय सुख दे झूले विच झूलदे रहिंदे हन। जिवें जो लाडले बच्चे हुंदे हन ना, उहनां नूं झूला चलाउंदे हन, इसे तरह सर्व प्राप्ति संपन्न ब्राह्मणा दा झूला अति इंद्रिय सुख दा झूला है। इस झूले विच सदा झूलदे रहो, कदे भी देह अभिमान विच नहीं आउणा। जो झूले तो उतर के धरती ते पैर रखदे हन, ओह मैले हो जांदे हन। उच्चे ते उच्चे बाप दे स्वच्छ बच्चे सदा अति इंद्रिय सुख दे झूले विच झूलदे, मिट्टी विच पैर नहीं रख सकदे। सलोगन है, मैं त्यागी हां, इस अभिमान दा त्याग ही सच्चा त्याग है। अच्छा, ओम शांति।